ਬਾਈਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਚੁਣੌਤੀ ਦੇਣ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਦਰਪੇਸ਼ ਸਿਆਸਤਦਾਨ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਕਸ਼ ਖਰਾਬ ਕਰਨ ਦੇ ਨਾਲ ਨਾਲ ਕੁਝੀਆਂ ਸਾਜ਼ਿਸ਼ਾਂ ਤਹਿਤ ਫਸਾਉਣ ਦੀ ਰਚੀ ਜਾ ਰਹੀ ਸਾਜ਼ਿਸ਼ ਵਿਰੁੱਧ ਅੱਜ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸੁਨੀਲ ਜਾਖੜ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਅਤੇ ਕਈ ਹੋਰਾਂ ਦੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਤਹਿਤ ਸ਼ਹਿਰ ਲੁਧਿਆਣਾ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਪੱਖੋਵਾਲ ਰੋਡ ਵਿਖੇ ਬੀਬੀ ਸੁਰਿੰਦਰ ਕੌਰ ਦਿਆਲ, ਹਲਕਾ ਦੱਖਣੀ ਦੇ ਵਰਕਰਾਂ ਵੱਲੋਂ ਗਿੱਲ ਨਹਿਰ ਵਿਖੇ ਜਥੇਦਾਰ ਹੀਰਾ ਸਿੰਘ ਗਾਬੜੀਆ, ਨਿਰਮਲ ਸਿੰਘ SS, ਹਲਕਾ ਆਤਮਨਗਰ ਦੇ ਵਰਕਰਾਂ ਵੱਲੋਂ ਹਲਕਾ ਇੰਚਾਰਜ ਗੁਰਮੀਤ ਸਿੰਘ ਕੁਲਾਰ, ਜਥੇਦਾਰ ਹਰਭਜਨ ਸਿੰਘ ਡੰਗ ਦੀ ਅਗਵਾਈ ਵਿੱਚ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਪੁਤਲੇ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੀਬੀ ਸੁਰਿੰਦਰ ਕੌਰ ਦਿਆਲ ਨੇ ਕਿਹਾ ਉਹਦੇ ਵਿੱਚ ਕਾਂਗਰਸ ਸਰਕਾਰ ਨੇ ਆਪਣੀਆਂ ਨਾਕਾਮੀਆਂ ਨਾਕਾਮਯਾਬੀਆਂ ਛੁਪਾਉਣ ਲਈ ਸਾਰਾ ਦੋਸ਼ ਸ਼੍ਰੋਮਣੀ ਅਕਾਲੀ ਦਲ ਉੱਤੇ ਵਰਤਾ ਅਤੇ ਖਾਸ ਕਰਕੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਉਸ ਦੇ ਵਿਰੋਧ ਵਿੱਚ ਸਾਰਾ ਪੰਜਾਬ ਉੱਠ ਖੜਿਆ ਕਿਉਂਕਿ ਬਿਲਕੁਲ ਹੀ ਨਿਰਦੋਸ਼ ਨੇ ਅਕਾਲੀ ਦਲ ਔਰ ਇਹਨਾਂ ਨੇ ਜੋ ਵੀ ਕੀਤਾ ਇਸ ਤਰ੍ਹਾਂ ਸਾਰੇ ਸਾਡੇ ਸਿੱਖਾਂ ਦੇ ਸਾਡੇ ਸਾਰੇ ਪੰਜਾਬੀਆਂ ਦੇ ਹਿਰਦੇ ਬੁਗਰੇ ਗਏ। ਬਾਬਾ ਬੋਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਆਪਣੇ ਜ਼ਿੰਦਗੀ ਦਾ ਅਹਿਮ ਹਿੱਸਾ ਪੰਜਾਬੀਆਂ ਲਈ, ਪੰਜਾਬੀਅਤ ਲਈ ਔਰ ਸਿੱਖਾਂ ਲਈ ਲਾਇਆ ਔਰ ਉਹਨਾਂ ਨੂੰ ਅੱਜ ਕਿਸ ਤਰ੍ਹਾਂ ਇਹਨਾਂ ਨੇ ਅਸੈਂਬਲੀ 'ਚ ਨਵਜੋਤ ਸਿੱਧੂ ਜਾਖੜ ਹੋਣਾ ਨੇ ਸਾਰਿਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਨਿੰਦਣ ਦੀ ਕੋਸ਼ਿਸ਼ ਕੀਤੀ ਆ ਔਰ ਏਦਾਂ ਦੇ ਲਫ਼ਜ਼ ਕੰਦੇ ਬੋਲਿਆ ਜਿਹੜੇ ਕਿ ਅਸੀਂ ਪੰਜਾਬੀਆਂ ਦੇ ਸਾਡੇ ਵਿਰਸੇ 'ਚ ਕਦੀ ਕਿਸੇ ਨੇ ਬੋਲੇ ਨਹੀਂ ਹੋਣੇ। ਇਹ ਕਾਂਗਰਸ ਜਿਹੜੀ ਸਾਡੀ ਖੂਨੀ ਸਰਕਾਰ ਹੈਗੀ ਆ, ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ ਨੇ ਜੋ ਨੁਕਸਾਨ ਸਿੱਖਾਂ ਦਾ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆ, ਇਹ ਬੇਅੰਤ ਸਿੰਘ ਨੇ ਜਿੰਨੇ ਮੁੰਡੇ ਮਰਵਾਏ ਆ ਉਹ ਤੋਂ ਸਾਰਾ ਪੰਜਾਬ ਸਾਰੀ ਦੁਨੀਆ ਜਾਣੂ ਆ ਔਰ ਜਾਖੜਮੁੜੀ ਅੱਜ ਜਿਹੜੇ ਪੰਥ ਦੇ ਦਹਿਸ਼ੀ ਬਣਦੇ ਆ, ਮੈਂ ਸੋਚਦੀ ਇਹਨਾਂ ਨੇ ਤਾਂ ਸਾਰਾ ਬਰਬਾਦ ਕਰਤੀ ਸਾਡੀ ਪੰਜਾਬ ਦੀ ਜਵਾਨੀ ਔਰ ਬਰਬਾਦ ਕਰਕੇ ਅੱਜ ਇਹ ਆਪ ਸੱਚੇ ਹੋਣ ਲਈ ਲੋਕਾਂ 'ਚ ਝੂਠਾ ਪ੍ਰਚਾਰ ਕਰਦੇ ਨੇ ਔਰ ਇਸ ਰੋਸ ਵਜੋਂ ਇਸਤਰੀ ਅਕਾਲੀ ਦਲ ਨੌਜਵਾਨ ਬੱਚੇ ਸਾਰੇ ਇਕੱਠੇ ਹੋ ਕੇ ਅੱਜ ਇਹਨਾਂ ਦੇ ਸਾਰਿਆਂ ਦੇ ਅਸੀਂ ਸਿਆਪਾ ਕਰਨ ਜਾ ਰਹੇ ਹਾਂ, ਅਸੀਂ ਪੁਤਲੇ ਸਾੜਨ ਜਾ ਰਹੇ ਹਾਂ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਸਾਰਾ ਪੰਜਾਬ ਇਹਨਾਂ ਦੇ ਇਸ ਝੂਠ ਦੇ ਵਿਰੋਧ 'ਚ। ਇਸੇ ਤਰ੍ਹਾਂ ਹੀ ਗਿੱਲ ਨਹਿਰ ਵਿਖੇ ਰੋਸ ਪ੍ਰਦਰਸ਼ਨ ਮੌਕੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਇਹ ਜਿਹੜੇ ਪੰਜਾਬ ਦੀ ਦੁਸ਼ਮਣ ਪਾਰਟੀ ਆ ਜਿਨ੍ਹਾਂ ਨੇ ਪੰਜਾਬ ਦਾ ਹਰ ਵੇਲੇ ਵਿਤਕਰਾ ਕੀਤਾ, ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ, ਜਿਨ੍ਹਾਂ ਨੇ ਸਾਡੇ ਹਰਿਮੰਦਰ ਸਾਹਿਬ 'ਚ ਗੋਲੀਆਂ ਮਾਰੀਆਂ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਟੈਂਕਾਂ ਦੇ ਨਾਲ ਢੇਰੀ ਕਰ ਦਿੱਤਾ ਢਾ ਕੇ, ਜਿਨ੍ਹਾਂ ਨੇ 84 ਦੇ ਵਿੱਚ ਸਾਡੇ ਹਜ਼ਾਰਾਂ ਦੀ ਤਾਦਾਦ ਵਿੱਚ ਬੱਚੇ, ਬਜ਼ੁਰਗ, ਨੌਜਵਾਨ, ਬੀਬੀਆਂ ਸ਼ਹੀਦ ਕੀਤੀਆਂ ਵੱਖ ਵੱਖ ਸ਼ਹਿਰਾਂ ਦੇ ਵਿੱਚ, ਅੱਜ ਉਹ ਸਾਨੂੰ ਦੱਸ ਰਹੇ ਨੇ ਆਪਦੀ ਗੱਲ 'ਤੇ ਪਰਦਾ ਪਾਉਣ ਵਾਸਤੇ ਕਿਹੜਾ ਹਊਆ ਖੜਾ ਕਰ ਦਿੱਤਾ। ਕੌਣ ਆ ਰਣਜੀਤ ਸਿੰਘ? ਕਿਸੇ ਰਣਜੀਤ ਸਿੰਘ ਨੇ ਕੋਈ ਰਿਪੋਰਟ ਨਹੀਂ ਦਿੱਤੀ ਵਿੱਚ, ਉੱਥੇ ਬੋਲੀ ਗਏ ਨੇ। ਹੁਣ ਪਤਾ ਲੱਗੂਗਾ ਇਹਨਾਂ ਨੂੰ, ਹੁਣ ਪਤਾ ਲੱਗੂਗਾ ਇਹਨਾਂ ਨੂੰ ਕਿ ਮੈਦਾਨੇ ਜੰਗ ਵਿੱਚ ਕਿਵੇਂ ਆ। ਤੁਸੀਂ ਦੱਸੋ, ਤੁਸੀਂ ਤਾਂ ਵਾਅਦਾ ਕੀਤਾ ਸੀਗਾ ਵੀ ਅਸੀਂ ਕਰਜ਼ੇ ਮਾਫ਼ ਕਰ ਦਿਆਂਗੇ, ਤੁਸੀਂ ਵਾਅਦਾ ਕੀਤਾ ਸੀ ਸਮਾਰਟ ਪਰੂਫ ਟੈਲੀਫੋਨ ਦੇ ਦਿਆਂਗੇ ਨੌਜਵਾਨਾਂ ਨੂੰ, ਤੁਸੀਂ ਕਹਿ ਦਿੱਤਾ ਸੀ 51,000 ਸ਼ਗਨ ਸਕੀਮ ਦਿਆਂਗੇ। ਤੁਸੀਂ ਤਾਂ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਅਤੇ ਸੱਤਾ ਵਿੱਚ ਆਏ ਜੇ, ਹੁਣ ਲੋਕ ਤੁਹਾਡੇ ਜਵਾਬ ਪੁੱਛਦੇ ਨੇ ਅਤੇ ਤੁਸੀਂ ਉਲਟਾ ਝੂਠਾ ਹੀ ਪ੍ਰਚਾਰ, ਝੂਠਾ ਝੂਠਾ ਪ੍ਰਚਾਰ ਕੇ ਅਸੈਂਬਲੀ ਵਿੱਚ ਬੋਲ ਕੇ ਹੁਣ ਪਤਾ ਲੱਗੂਗਾ ਜੋ ਮੈਦਾਨੇ ਜੰਗ। ਤੁਸੀਂ ਕਹਿੰਦੇ ਜਾਖੜ ਨੂੰ ਮੈਂ ਪੁੱਛਣਾ ਚਾਹੁੰਦਾ, ਕਹਿੰਦਾ ਪਿੰਡਾਂ 'ਚ ਵੜ, ਤੁਹਾਨੂੰ ਨਹੀਂ ਪਿੰਡਾਂ 'ਚ ਵੜ ਦੇਣਾ। ਅਸੀਂ ਗੁਰਮੀਤ ਸਿੰਘ ਕੁਲਾਰ ਦੇ ਦਿਸ਼ਾ ਨਿਰਦੇਸ਼ ਹੇਠ ਮਾਡਲ ਟਾਊਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਵਿਖੇ ਹਲਕਾ ਆਤਮਨਗਰ ਦੇ ਵਰਕਰਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਯੂਥ ਆਗੂ ਗੁਰਜੀਤ ਸਿੰਘ ਗੱਗੀ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਇਹ ਪੁਤਲਾ ਫੂਕਿਆ ਗਿਆ ਕੈਪਟਨ ਅਮਰਿੰਦਰ ਸਿੰਘ ਦਾ,
जो इन्हें अकाली वर्करां दे नाल ते अकाली दल दे प्रधान सरदार प्रकाश सिंह बादल अते उन्हां दे बेटे सरदार सुखबीर सिंह बादल जो कि हमेशा पंथ प्रस्त रहे ने उन्हां दे उत्ते जो इन्हां ने इल्जामबाजियां लाउणियां शुरू कीतियां ने उहदे खिलाफ़ अज अकाली दल ने पुतला फूकिया वा। सो सरदार गुरमीत सिंह जी कलार हलका आत्मनगर उन्हां वल्लों अज जो टीम आ उन्हां दी पूरी इत्थे आई हुई है और असी अकाली दल दे हर हुक्म दे उत्ते फुल चढ़ावांगे जो अकाली दल सानूं हुक्म करूगा। असी कैप्टन दीआं वधीकियां दा जवाब आ जिहड़ा ਉਹ ਸ਼ਾਂਤੀ ਨਾਲ ਹੀ ਦਵਾਂਗੇ। ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸੀਨੀਅਰ ਆਗੂ ਜਗਬੀਰ ਸਿੰਘ ਸੋਖੀ, ਸੁਰਿੰਦਰ ਸਿੰਘ ਚੌਹਾਨ, ਬੀਬਾ ਨਵਦਿਆਲ ਨੇ ਵੀ ਕਾਂਗਰਸ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਖਿਲਾਫ਼ ਰਚੀ ਜਾ ਰਹੀ ਸਾਜ਼ਿਸ਼ ਵਿਰੁੱਧ ਡਟ ਕੇ ਭੜਾਸ ਕੱਢੀ। ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨ ਦੇ ਲਈ ਪੰਜਾਬ ਦੀ ਕਾਂਗਰਸ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ। ਨਾ ਤਾਂ ਇਹਨਾਂ ਦੇ ਕੋਲ ਪੰਜਾਬ ਦੀ ਡਿਵੈਲਪਮੈਂਟ ਲਈ ਕੁਛ ਹੈ, ਨਾ ਹੀ ਜਿਹੜੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸੌਹਾਂ ਖਾਧੀਆਂ ਸੀ ਉਹ ਪੂਰੀਆਂ ਕਰ ਸਕੇ ਆ। ਔਰ ਜਦੋਂ ਹੁਣ ਲੋਕ ਕਚਹਿਰੀ ਦੇ ਵਿੱਚ ਇਹਨਾਂ ਦੇ ਝੂਠ ਦਾ ਭਾਂਡਾ ਭਜਣਾ ਅਤੇ ਇਹਨਾਂ ਦੇ ਕੋਲ ਕੋਈ ਬਚਾਅ ਨਹੀਂ ਤਾਂ ਬਚਣ ਦੇ ਵਾਸਤੇ ਆ ਕੁਝ ਹੀ ਹਰਕਤਾਂ 'ਤੇ ਉਤਰਿਆ ਆ। ਪੰਜਾਬ ਦੇ ਮਹਿਬੂਬ ਆਗੂ, ਮਹਿਬੂਬ ਲੀਡਰ, ਮਾਣਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ 'ਤੇ ਇਹ ਚੁੱਕੜ ਸੁੱਟਣ ਦਾ ਯਤਨ ਕਰ ਰਹੇ ਆ, ਪਰ ਪੰਜਾਬ ਦੀ ਸਮੁੱਚੀ ਜਨਤਾ ਨੇ ਅੱਜ ਦੇ ਦਿਨ 'ਚ ਇਹਨਾਂ ਨੂੰ ਦੱਸ ਦਿੱਤਾ ਹੈ ਕਿ ਇਹਨਾਂ ਦਾ ਝੂਠ ਦਾ ਭਾਂਡਾ ਭੱਜ ਗਿਆ। ਔਰ ਜਿਹੜੀਆਂ ਕੁਝ ਹੀ ਹਰਕਤਾਂ 'ਤੇ ਆਏ ਹੋਏ ਆ, ਮੈਂ ਤਾਂ ਵੀ ਇਹਨਾਂ ਨੂੰ ਸਾਰੇ ਕਾਂਗਰਸੀਆਂ ਤੋਂ ਜੁੱਜੇ ਝਾੜੂ ਵਾਲਿਆਂ ਨੂੰ ਸਲਾਹ ਦੇਣੀ ਚਾਹੁੰਦਾ ਕਿ ਰੱਬ ਦਾ ਵਾਸਤਾ, ਤੁਸੀਂ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੋ, ਆ ਧਾਰਮਿਕ ਭਾਵਨਾਵਾਂ ਨਾਲ ਖੇਡਣ ਦਾ ਯਤਨ ਨਾ ਕਰੋ। ਸ਼੍ਰੋਮਣੀ ਅਕਾਲੀ ਦਲ ਦੀ ਟੇਕ, ਸ਼੍ਰੋਮਣੀ ਅਕਾਲੀ ਦਲ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੈ, ਸੀ ਅਤੇ ਹਮੇਸ਼ਾ ਰਹੇਗੀ, ਜੁਗਾਂ ਜੁਗਾਂ ਤੱਕ ਰਹੇਗੀ। ਤੁਹਾਨੂੰ ਸਾਨੂੰ ਇਹ ਸਿੱਖਿਆ ਦੇਣ ਦੀ ਲੋੜ ਨਹੀਂ, ਤੁਸੀਂ ਜਿਹੜੀ ਕੰਮ ਦੇ ਦੀ ਸਰਕਾਰ 'ਚ ਆਏ ਹੋ ਡਿਵੈਲਪਮੈਂਟ ਕਰੋ। ਪੰਜਾਬ ਪਛੜ ਰਿਹਾ, ਇੰਡਸਟਰੀ 'ਚ ਪਛੜ ਰਿਹਾ, ਵਪਾਰ 'ਚ ਪਛੜ ਰਿਹਾ, ਡਿਵੈਲਪਮੈਂਟ 'ਚ ਪਛੜ ਰਿਹਾ, ਤੁਸੀਂ ਉੱਥੇ ਆਪਣੀ એનર્ਜੀ ਲਾ ਕੇ ਪੰਜਾਬ ਦੇ ਪ੍ਰਤੀ ਆਪਣੀ ਜਿਹੜੀ ਜਵਾਬਦੇਹੀ ਉਹ ਬਣਾਓ, ਨਾ ਕਿ ਪੰਜਾਬ ਨੂੰ ਤੁਸੀਂ ਵਰਦੀ ਦੇ ਵਿੱਚ ਸੁੱਟੋ। ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਸ਼ੁਰੂ ਤੋਂ ਲੈ ਕੇ ਪੰਜਾਬ, ਪੰਜਾਬੀਅਤ ਦੇ ਹੱਕਾਂ ਵਾਸਤੇ ਲੜਦਾ ਆਇਆ, ਲੜਦਾ ਹੈ ਔਰ ਲੜਦਾ ਰਹੇਗਾ। ਮੈਂ ਸਮਝਦਾ ਕਾਂਗਰਸ ਪਾਰਟੀ ਨੇ ਅੱਜ ਫਿਰ ਆਪਣੇ ਉਸ ਪੁਰਾਣੀ ਰਵਾਇਤ ਨੂੰ ਦੁਹਰਾਉਂਦਿਆਂ ਹੋਇਆਂ ਪੰਜਾਬ ਦੇ ਵਿੱਚ ਜਿੱਥੇ ਸਾਡੇ ਭਾਈਚਾਰੇ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਉਹਨਾਂ ਨੇ ਉਹੀ ਮਾੜੀਆਂ ਨੀਤੀਆਂ ਦੇ ਨਾਲ ਜਿਹੜੀਆਂ ਵਾਅਦੇ ਕਰਕੇ ਉਹ ਸਰਕਾਰ 'ਚ ਆਏ ਸੀ ਡਿਵੈਲਪਮੈਂਟ ਦੇ, ਉਹ ਡਿਵੈਲਪਮੈਂਟ ਕਰਨ ਦੀ ਬਜਾਏ ਉਹ ਕੋਝੀਆਂ ਸਾਜ਼ਿਸ਼ਾਂ, ਉਹ ਝੂਠ ਬੋਲ ਕੇ ਇੱਕ ਉਸ ਦਰਵੇਸ਼ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੂਰਨ ਵਿਸ਼ਵਾਸ ਰੱਖਦੇ ਆ ਔਰ ਉਹਨਾਂ ਦੇ ਖਿਲਾਫ਼ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਪੂਰਨ ਪੰਜਾਬ ਜਿਹੜਾ ਵਾ ਸਾਰੇ ਪੰਜਾਬੀ ਇਸ ਦੇ ਖਿਲਾਫ਼ ਨੇ ਔਰ ਇੱਕਜੁੱਟ ਹੋ ਕੇ ਅੱਜ ਸਾਰੇ ਦੇ ਸਾਰੇ ਹਲਕਿਆਂ ਦੇ ਵਿੱਚ ਉਹਨਾਂ ਦੇ ਖਿਲਾਫ਼, ਕਾਂਗਰਸ ਜਮਾਤ ਦੇ ਖਿਲਾਫ਼ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਔਰ ਉਹ ਕਾਂਗਰਸ ਨੂੰ ਅੱਜ ਦਾ ਇਹ ਲੋਕ ਰੋਹ ਵੇਖ ਕੇ ਆਪਣੀਆਂ ਸਾਜ਼ਿਸ਼ਾਂ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ। ਪਿਛਲੇ ਦਿਨੀਂ ਅਸੈਂਬਲੀ ਦੇ ਅੰਦਰ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਰਲ ਕੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਂ ਸਮਝਦਾ ਕਿ ਇਹ ਜਿਹੜੀਆਂ ਕਿ ਪੰਜਾਬ ਦੇ ਅੰਦਰ ਮਾੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਸੀ, ਜਿਹੜੀਆਂ ਭਰਾ ਨੂੰ ਭਰਾ ਨਾਲ ਲੜਾਉਂਦੀਆਂ ਤਾਕਤਾਂ ਕੰਮ ਕਰ ਰਹੀਆਂ ਸੀ, ਉਹਨਾਂ ਨੂੰ ਸ਼ਹਿ ਦੇਣ ਲਈ ਕਾਂਗਰਸ ਜਮਾਤ ਨੇ ਅਤੇ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਇਹਨਾਂ ਨੇ ਮਹਾਂਪਾਪ ਕੀਤਾ ਅਸੈਂਬਲੀ ਦੇ ਅੰਦਰ। ਔਰ ਸਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼, ਸਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਜਿਹੜੀ ਇਹਨਾਂ ਨੇ ਮਾੜੀ ਸ਼ਬਦਾਵਲੀ ਵਰਤੀ ਹੈ, ਅੱਜ ਉਹਦੇ ਖਿਲਾਫ਼ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਅਤੇ ਸੁਨੀਲ ਜਾਖੜ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹਨਾਂ ਦੇ ਖਿਲਾਫ਼ ਜਿਹੜਾ ਅੱਜ ਅਸੀਂ ਇਹ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਦੇ ਪੁਤਲੇ ਸਾੜੇ ਆ। ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਦੁਬਾਰਾ ਭੰਗ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਪੰਜਾਬ ਅਸੈਂਬਲੀ 'ਚ ਉਦਣ ਬਹੁਤ ਵੱਡੀ ਸ਼ਬਦਾਵਲੀ ਜਿਹੜੀ ਬੋਲੀ ਹੈ, ਅਸੀਂ ਉਸ ਦੇ ਖਿਲਾਫ਼ ਅੱਜ ਇਕੱਠੇ ਹੋ ਕੇ ਇਹਨਾਂ ਦਾ ਅਰਥੀ ਫੂਕਣ ਦਾ ਸਾਰੀ ਸਾਡੇ ਅਕਾਲੀ ਦਲ ਦੀ ਲੀਡਰਸ਼ਿਪ ਨੇ, ਅਕਾਲੀ ਦਲ ਦੇ ਵਰਕਰਾਂ ਨੇ ਇਹ ਅੱਜ ਤਹੀਆ ਕੀਤਾ ਹੈ ਕਿ ਅਸੀਂ ਲੋਕਾਂ ਨੂੰ ਦਿਖਾਵਾਂਗੇ ਕਿ ਪੰਜਾਬ ਦੇ ਅਸਲੀ ਦੋਖੀ ਕੌਣ ਨੇ। 84 ਦੇ ਅਸਲੀ ਦੋਖੀ ਕਾਂਗਰਸ ਸਰਕਾਰ ਹੈ। ਸਿੱਖਾਂ ਦੇ ਕਤਲੇਆਮ ਦਾ ਦੋਸ਼ ਰਾਜੀਵ ਗਾਂਧੀ ਦੇ ਅਤੇ ਗਾਂਧੀ ਪਰਿਵਾਰ 'ਤੇ ਲੱਗਦਾ ਹੈ, ਜਿਹਦਾ ਕਿ ਕੈਪਟਨ ਅਮਰਿੰਦਰ ਸਿੰਘ ਔਰ ਅੱਜ ਨਵਜੋਤ ਸਿੱਧੂ ਹੁਣਾਂ ਵਰਗੇ ਜਿਹਦੇ ਬਹੁਤ ਹਿਤੈਸ਼ੀ ਬਣੇ ਫਿਰਦੇ ਨੇ ਪੰਥ ਦੇ, ਇਹ ਉਸ ਪਾਰਟੀ ਦੇ ਨੁਮਾਇੰਦੇ ਨੇ ਜਿਸ ਪਾਰਟੀ ਨੇ ਸਾਡਾ ਸਿੱਖਾਂ ਦਾ ਐਡਾ ਵੱਡਾ ਜਿਨੋਸਾਈਡ ਕਰਵਾਇਆ। ਉਸ ਤੋਂ ਬਾਅਦ ਅੱਜ ਵੀ ਸੁਨੀਲ ਜਾਖੜ ਦੀ ਜਿਹੜਾ ਬਿਆਨ ਆਇਆ ਹੈ ਉਹਦੇ 'ਚ ਆਪਾਂ ਹਿਤੈਸ਼ੀ ਬਣਨ ਦੀਆਂ ਗੱਲਾਂ ਕਰਦੇ ਨੇ, ਅਤੇ ਅੱਜ ਤੱਕ 84 ਦੇ ਜਿੰਨੇ ਵੀ ਕਤਲੇਆਮ ਹੋਇਆ ਉਹਨਾਂ ਦੇ ਇੱਕ ਵੀ ਦੋਸ਼ੀ ਨੂੰ ਇਹ ਸਜ਼ਾ ਨਹੀਂ ਦਵਾ ਸਕੇ, ਅਤੇ ਰਾਹੁਲ ਗਾਂਧੀ ਜਾ ਕੇ ਕਹਿੰਦਾ ਹੈ ਕਿ ਇੱਕ ਵੀ ਕਾਂਗਰਸ ਇਸ ਦਾ ਜ਼ਿੰਮੇਵਾਰ ਨਹੀਂ ਹੈ, ਜਦੋਂ ਕਿ ਸਾਰੇ ਕਾਂਗਰਸੀਆਂ 'ਤੇ ਸ਼ਰੇਆਮ
ਸ਼ਾਮ ਸਟਿੰਗ ਆਪਰੇਸ਼ਨਾਂ 'ਚ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਦੇ ਕਾਂਗਰਸੀਆਂ ਨੇ ਇਹ ਕੰਮ ਕਰਵਾਏ ਨੇ। ਸੋ ਇਸ ਦੇ ਖਿਲਾਫ ਸਾਡਾ ਅੱਜ ਦਾ ਅਰਥੀ ਫੂਕ ਸੰਮੇਲਨ ਹੈ। ਅਸੀਂ ਸਾਰਿਆਂ ਦਾ ਅਰਥੀ ਫੂਕ ਕੇ ਇੱਥੇ ਜਨਾਜ਼ਾ ਕੱਢ ਕੇ ਲੋਕਾਂ ਨੂੰ ਸੱਚ ਵਿਖਾਵਾਂਗੇ। ਅੱਜ ਕਾਂਗਰਸ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਜਾਖੜ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਦਾ ਆਪਰੇਸ਼ਨ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ ਦਿਮਾਗ ਹਟ ਗਏ ਪੈਰ ਤੇ ਚਲਾ ਗਿਆ ਸੀ। ਅਸੀਂ ਬੜੀ ਕੋਸ਼ਿਸ਼ ਕੀਤੀ, ਮੈਂ ਤੇ ਰਣਜੀਤ ਸਿੰਘ ਢਿੱਲੋਂ ਸਾਹਿਬ ਨੇ ਤੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਨੇ ਵੀ ਸ਼ਾਇਦ ਉਹਨਾਂ ਦਾ ਇਲਾਜ ਹੋ ਜਾਵੇ, ਪਰ ਜਦੋਂ ਸਿਆਣਿਆਂ ਦੇ ਮਾਹਿਰ ਤਿਕੜੇ ਜੋ ਕਹਿੰਦੇ ਵੀ ਇਹਨਾਂ ਦਾ ਕੋਈ ਇਲਾਜ ਨਹੀਂ, ਇਹਨਾਂ ਨੂੰ ਪੁੱਠੇ ਕਰਕੇ ਸਾੜ ਦਿੱਤਾ ਜਾਵੇ, ਇਹਨਾਂ ਦਾ ਇੱਕੋ ਇਲਾਜ ਹੈ। ਕਿਉਂ? ਕਿਉਂਕਿ ਮਾਈਕਲ ਅਡਵਾਇਰ ਵੇਲੇ ਜੋ ਅੰਗਰੇਜ਼ਾਂ ਨੇ ਸਾਡੇ ਨਾਲ ਕੀਤਾ ਪੰਜਾਬੀਆਂ ਨਾਲ, ਉਹੀ ਜਵਾਹਰ ਲਾਲ ਨਹਿਰੂ ਨੇ ਕੀਤਾ, ਉਹੀ ਇੰਦਰਾ ਤੇ ਰਾਜੀਵ ਗਾਂਧੀ ਨੇ ਕੀਤਾ, ਤੇ ਅੱਜ ਦੁਬਾਰਾ ਰਾਹੁਲ ਗਾਂਧੀ ਉਹੀ ਪੰਜਾਬ ਦੇ ਵਿੱਚ ਖੇਡ ਖੂਡੀ ਖੂਨੀ ਖੇਲ ਖੇਡਣਾ ਚਾਹੁੰਦੇ ਆ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਅਤੇ ਰਵੀ ਸ਼ਰਮਾ ਦੇ ਨਾਲ, ਫੋਕਸ ਡੋਟ ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।